वेलकम टू कट आडू के आवाज अस्सलाम वालेकुम दोस्तों उम्मीद करना तो सारे भी खैरियत नाल होसो और असमी टीम खैरियत नाल है दोस्तों अस आज मौजूद हा से मुजफ्फरगढ़ कनाल दे किनारे ए जेरी नहर पे ए बिल्कुल सारे घरन दे नाल क्रॉस तीनी पिए और ई नहर पहले तक कच्ची है ही पई लेकिन हुनी नहर को पुख्ता कीत गए यानी पक्का कीत गए ई नहर दे विच ਪਾਣੀ ਛੋੜਿਆ ਮੈਂ ਦੇ ਹੁਣ ਆਲੇ ਯਾਨੀ ਕਿ ਗਰਮੀਆਂ ਦੇ ਵਿੱਚ ਔਰ ਸਰਦਾਂ ਦੇ ਵਿੱਚ ਇਹਦੇ ਪਾਣੀ ਕੋਈ ਨਹੀਂ ਹੁੰਦਾ ਕਿਉਂਕਿ ਸਰਦਾਂ ਦੇ ਵਿੱਚ ਪਿੱਛੋਂ ਪਾਣੀ ਬੰਦਿਸ਼ਤੀ ਹੁੰਦੀ ਹੈ ਦਰਿਆਵਾਂ ਵਿੱਚ ਪਾਣੀ ਕਾ ਨਹੀਂ ਹੁੰਦਾ ਇੰ ਵਾਸਤੇ ਨਹਿਰਾਂ ਦੇ ਵਿੱਚ ਪਾਣੀ ਕਾ ਨਹੀਂ ਹੁੰਦਾ ਤਾਂ ਲਿਹਾਜ਼ਾ ਅੱਜ ਪਾਣੀ ਛੋੜਿਆ ਮੈਂ ਦਾ ਪਈ ਦੇ ਵਿੱਚ 6 ਫਰਵਰੀ ਹੈ ਪਈ ਔਰ ਪਾਣੀ ਦੇ ਮਨਾਦਰ ਤੋਂ ਲਿਖਿਆ ਹੈ ਕਿ ਪਾਣੀ ਕਿਵੇਂ ਚੱਲਦਾ ਪਈ ਤੋ ਨਵਾਂ ਨਵਾਂ ਪਾਣੀ ਹੈ ਲੋਕ ਬਹੁਤ ਜ਼ਿਆਦਾ ਖੁਸ਼ ਹਨ ਪਏ ਕਿਉਂਕਿ ਲੋਕਾਂ ਕੋ ਪਹਿਲੇ ਪਾਣੀ ਕਾਇ ਨਹੀਂ ਇਤਾ ਟਿਊਬਲ ਚਲਾਉਣੇ ਪੁੰਦੇ ਹਨ ਬੋਰ ਚਲਾਉਣੇ ਪੁੰਦੇ ਹਨ ਤਾਂ ਉਹਲੇ ਜ਼ਾਤੀ ਖਰਚਾਤ ਨਹੀਂ ਜ਼ਾਤੀ ਖਰਚ ਕਰਨਾ ਪੁੰਦਾ ਤੇ ਹੁਣ ਪਾਣੀ ਆਵਣ ਦੇ ਤੇ ਲੋਕ ਖੁਸ਼ ਹਨ ਪਏ ਕਿਉਂਕਿ ਇਤਾ ਪਾਣੀ ਜਲੇ ਆ ਤਾਂ ਉਹਨਾਂ ਦਾ ਫਸਲਾਂ ਸਿਰਾਬ ਦਿੱਤੀ ਸਨ ਇਹ ਪਾਣੀ ਦੇ ਨਾਲ ਔਰ ਲੋਕ ਬਹੁਤ ਜ਼ਿਆਦਾ ਖੁਸ਼ ਹਨ ਪਏ ਤਾਂ ਉਹ ਤੋਂ ਮਜ਼ੀਦ ਇਹ ਪਾਣੀ ਦੇ ਨਾਲ ਵਾਂਗ ਕਿ ਨਹਿਰ ਪੱਕੀ ਕਿਵੇਂ ਚੱਲੋ ਪਾਣੀ ਕਿਵੇਂ ਚੱਲਦਾ ਪਈ ਕਿਵੇਂ ਰਵਾ ਦਮਾ ਮੈਂ ਨਾਲ ਸੁਲਮਾਨ ਭਈਨ ਮਜ਼ੀਦ ਰਗਾ ਇਹਨਾਂ ਨੂੰ ਪੁੱਛਦੇ ਕਿ ਇਹਨਾਂ ਨੂੰ ਕਿੰਨੀ ਖੁਸ਼ੀ ਹੈ ਨਹਿਰੀ ਪਾਣੀ ਆਵਣ ਦੋਤੇ ਔਰ ਇਹਨਾਂ ਨੂੰ ਇੰਟਰਵਿਊ ਵੀਂਦੇ ਵੀਡੀਓ ਸਨ ਨਾਲ ਰਸੋ ਦੋਸਤੋ ਮੈਂ ਰਖਾ ਨਹਿਰ ਦੇ ਤਲੇ ਲਾਹੇ ਮੇਰੇ ਭਰਾ ਸੁਲਮਾਨ ਭਾਈ ਤੇ ਨਾਲ ਸਾਰੇ ਬੈਤ ਦੋਸਤਨ ਪਏ ਉਹ ਹੁਣ ਤਲੇ ਆਂਦੇ ਪੈਨ ਤੁਹਾ ਗੋਲੀ ਖੇਨੇ ਹੈ ਕਿ ਇਹ ਪਾਣੀ ਜਰਾ ਚੱਲਦਾ ਪਈ ਕਿਵੇਂ ਹੈ ਆ ਲਾਹਿਆ ਯਾਰ ਹੁਣ ਡਰ ਤਖਣ ਕਿਆ ਹੀ ਵੀ ਖਿਆਲ ਖਿਆਲ ਪ੍ਰੈਕਟਿਸ ਮਰੀ ਖਿਆਲ ਪਾਣੀ ਤਰਾਂ ਦੇ ਧਾਂਦ ਰਹਿ ਗਿਆ ਪਾਣੀ ਕਿਹਾ ਹਾਂ ਧਾਂਦ ਰਹਿ ਗਿਆ ਕਿਹਾ ਇਹ ਪਾਣੀ ਪਿਆਰੇ ਨਾ ਨਾ ਤੂੰ ਕਹਿੰਦਾ ਜੁਆਏ ਕਰਾਂਦਾ ਦਿਖਾਉਂ ਯਾਰ ਉਤਾ ਕਰਕੇ ਬਰਸਾਤ ਆ ਜਾਊਗਾ ਇਹ ਦਿਖਾ ਰਿਹਾ ਆ ਦੋਸਤ ਆਵਣ ਤੂੰ ਆਵਣ ਇਹ ਸਾਰੇ ਦੋਸਤ ਵੀ ਆਣੇ ਖਾ ਇਹ ਵੀ ਤਲੇ ਆਂਦੇ ਪਨ ਸਕਾਈ ਰਾਦਾ ਸੁਲਮਾਨ ਪਾਣੀ ਪੀਜ ਨੂੰ ਜਿਆ ਜੁਲੋ ਪਾਣੀ ਹੈ ਜਿਆ ਖਤਰਾ ਤਾਂ ਕੋਈ ਕਾ ਨਹੀਂ ਨਾ ਨਾ ਖੂਬਸੂਰਤ ਮੌਸਮ ਹੈ ਚਲੋ ਆ ਆਛਾ ਕਿੱਤੀ ਹਜ਼ਾਰ ਕਿਉਂ ਸਖ ਪਾਣੀ ਵੰਦਾ ਪਏ ਹਾਲੀ ਆਗਾਜ਼ ਹੈ ਹਾਲੀ ਆਗਾਜ਼ ਹੈ ਹਾਲੀ ਰਖ ਇਬtida ਪਾਣੀ ਦੀ ਬਿਲਕੁਲ ਇਬtida ਪਾਣੀ ਦੀ ਨੀਟ ਪਾਣੀ ਸਟਾਰਟ ਪੋਜੀਸ਼ਨ ਚ ਚ ਪਿਆ ਔਰ ਰਵਾ ਦਵਾ ਹੈ ਹਾਂ ਸਲਮਾਨ ਭਾਈ ਦਸੋ ਦੋਸਤਾਂ ਦਸੋ ਕਿ ਕਿਆ ਆਬ ਆਇਆ ਤੇ ਕਿਆ ਫਾਇਦਾ ਪਾਣੀ ਦੇ ਜੀਆ ਭਾਈ ਇਹ ਮੁਜ਼ਫਰਗੜ ਕੈਨਾਲ ਨਹਿਰ ਦਾ ਨਾਮ ਹੈ ਇਹ ਪੂਰੇ ਜ਼ਿਲ੍ਹੇ ਮੁਜ਼ਫਰਗੜ ਕੋ तकरीबन ਟੱਚ ਕਰਦੀ ਹੈ ਔਰ ਹੈ ਵੀ ਸਾਰੇ ਜ਼ਿਲ੍ਹੇ ਦੇ ਦਰਮਿਆਨ ਦੇ ਵਿੱਚ ਔਰ ਸਾਡੇ ਇਹ ਜ਼ਿਲ੍ਹੇ ਮੁਜ਼ਫਰਗੜ੍ਹ ਦੀ ਇਹ ਸਭ ਤੋਂ ਵੱਡੀ ਨਹਿਰ ਹੈ ਤੇ ਹੁਣ ਤੁਹਾਨੂੰ ਕੋਈ ਖੰਦੇ ਪਾਣ ਕੇ ਪਾਣੀ ਇੰਦੇ ਆ ਗਏ ਤੇ ਇਹ ਹਾਲੀ ਬਹੂ ਯਾਨੀ ਪਾਣੀ ਘਟ ਹੈ ਜਿਸ ਟਾਈਮ ਪਾਣੀ ਜ਼ਿਆਦਾ ਹੋ ਸੀ ਇਹ ਨਿਸ਼ਾਨ ਪਏ ਪਾਣੀ ਦਾ ਦਿਖਾ ਦੇ ਸਕਦਾ ਦੇਖ ਸਕਦੇ ਵੇ ਕੈਮਰੇ ਦੇ ਵਿੱਚ ਕਿ ਜਿਹੜਾ ਇਹ ਮਕਸਦ ਹੈ ਕਿ ਇਹ ਤੱਕ ਪਾਣੀ ਚੱਲਦੇ ਤੇ ਇਹਦੇ ਨਾਲ ਬਹੂ ਸਾਰਾ ਕਿਆ ਪੂਰਾ ਜ਼ਿਲ੍ਹਾ ਮੁਜ਼ਫਰਗੜ੍ਹ ਸਰਾਬ ਥਿੰਦੇ ਜਿਸ ਟਾਈਮ ਇਹ ਨਹਿਰ ਕਾਇ ਨਹੀਂ ਤਾਂ ਇੱਥੋਂ ਦੇ ਲੋਕਾਂ ਦੀ जी माशी हालत है बहु कमज़ोर है ये नहर द आवन काफ़ी मकसद है खुशहाली थी लोग खुशहाल थे वाल दूजा मसला हा इन नहर द आवन जाले इलाके लोग हैं लो उन्होंने रकबे सेम थी पानी खड़ गया रकबे बंजर थी गया वाल हुकूमत ने इन नहर को पक्काते हूँ वाल वो सेम कम थी गई है बाकी इलाके वास्ते नहर का बहुत ज्यादा फायदा है कमाल मेहरबानी वाच करा थे खिदमत थी सू